ਪੰਜਾਬ ਵਿੱਚ ਚਾਚੇ ਭਤੀਜੇ ਦੀ ਸਰਕਾਰ। ਭਗਵੰਤ ਮਾਨ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਬਿਆਨ ਕਿ ਭਗਵੰਤ ਮਾਨ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਨਾਲ ਉਹ ਨਹੀਂ ਬਲਕਿ ਬਾਦਲ ਪਰਿਵਾਰ ਮਿਲਿਆ ਹੋਇਆ ਹੈ ਅਤੇ ਬੱਚਾ ਬੱਚਾ ਜਾਣਦਾ ਹੈ ਕਿ ਪੰਜਾਬ ਵਿੱਚ ਚਾਚੇ ਭਤੀਜੇ ਦੀ ਸਰਕਾਰ ਹੈ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ, ਬਿਕਰਮ ਸਿੰਘ ਮਜੀਠੀਆ ਉੱਪਰ ਕਾਰਵਾਈ ਨਹੀਂ ਕਰ ਰਹੇ ਹਨ। ਜੀ, ਹਰਸਿਮਰਤ ਕੌਰ ਜੀ ਵੱਲੋਂ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਜਿਹੜੇ ਨੇ ਆਪਸ 'ਚ ਮਿਲੇ ਹੋਏ ਨੇ, ਬੜੀ ਹਾਸੋਹੀਣੀ ਗੱਲ ਹੈ ਜਾਂ ਇਹਨਾਂ ਦੀ ਘਬਰਾਹਟ ਹੈ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਬੱਚੇ ਬੱਚੇ ਨੂੰ ਪਤਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਮਿਲੇ ਹੋਏ ਨੇ, ਕਿਉਂਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੈਪਟਨ ਸਾਹਿਬ ਨੇ ਹਜੇ ਤੱਕ ਮਜੀਠੀਆ 'ਤੇ ਕਾਰਵਾਈ ਨਹੀਂ ਕੀਤੀ। ਆਪਣਾ ਕਾਂਗਰਸ ਦੇ 35-40 MLA ਵੀ ਜਾ ਕੇ ਕਈ ਵਾਰ ਕੈਪਟਨ ਸਾਹਿਬ ਕੋਲ ਜਿਹੜੀ ਹੈ ਸ਼ਿਕਾਇਤ ਕਰਕੇ ਆਏ ਨੇ ਕਿ ਸਾਨੂੰ ਲੋਕ ਪਿੰਡਾਂ 'ਚ ਵੜਨ ਨਹੀਂ ਦਿੰਦੇ ਕਿ ਮਜੀਠੀਆ 'ਤੇ ਕਾਰਵਾਈ ਕਿਉਂ ਨਹੀਂ ਕਰਦੇ, ਕਰੋ। ਤਾਂ ਉਹ ਕਹਿੰਦੇ ਮੈਂ ਨਹੀਂ ਕਰਨੀ ਕਾਰਵਾਈ ਆਪਣੇ ਭਤੀਜੇ 'ਤੇ। ਸੋ ਚਾਚਾ ਭਤੀਜਾ ਇਕੱਠੇ ਨੇ, ਇਹ ਤਾਂ ਹੁਣ ਬੱਚੇ ਬੱਚੇ ਨੂੰ ਪਤਾ। ਸੋ ਇਹ ਆਪਣੇ ਤੋਂ ਲਾਹ ਕੇ ਇਸ ਇਲਜ਼ਾਮ ਨੂੰ ਸਾਡੇ 'ਤੇ ਲਾਈ ਜਾਂਦੇ ਨੇ, ਬੜੀ ਹਾਸੋਹੀਣੀ ਗੱਲ ਹੈ। ਅਤੇ ਦੂਜਾ, ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਜਿਹੜਾ ਹੈ ਉਹ ਹੁਣ ਕਾਂਗਰਸ 'ਚ ਜਾਊਗਾ ਅਤੇ ਭਗਵੰਤ ਮਾਨ ਆਪਣਾ ਹਲਕਾ ਛੱਡੂਗਾ। ਇਹ ਇਹਨਾਂ ਦੀ ਘਬਰਾਹਟ ਹੈ ਅਸਲ 'ਚ। ਇਹਨਾਂ ਨੂੰ ਰਾਤ ਨੂੰ ਸੁਪਨੇ 'ਚ ਵੀ ਭਗਵੰਤ ਮਾਨ, ਦਿਨੇ ਵੀ ਭਗਵੰਤ ਮਾਨ, ਭਗਵੰਤ ਮਾਨ, ਭਗਵੰਤ ਮਾਨ। ਅਤੇ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਭਗਵੰਤ ਮਾਨ ਕੋਈ ਲੀਡਰ ਹੀ ਨਹੀਂ ਹੈਗਾ, ਹੁਣ ਦਿਨ ਰਾਤ ਭਗਵੰਤ ਮਾਨ। ਵੱਡੇ ਬਾਦਲ ਸਾਹਿਬ ਵੀ ਭਗਵੰਤ ਮਾਨ ਕਹੀ ਜਾਂਦੇ ਆ, ਸੁਖਬੀਰ ਬਾਦਲ ਵੀ ਜਿੱਥੇ ਦੇਖ ਲਓ ਭਗਵੰਤ ਮਾਨ, ਨੰਨੀ ਸ਼ਾਂ ਤਾਂ ਖੈਰ ਹਰ ਵਕਤ ਹੀ ਭਗਵੰਤ ਮਾਨ ਪਾਰਲੀਮੈਂਟ 'ਚ ਵੀ, ਕਿਉਂਕਿ ਪਾਰਲੀਮੈਂਟ ਦੇ ਵਿੱਚ ਮੈਂ ਇਹਨਾਂ ਦਾ ਵਿਰੋਧ ਕਰਦਾ। ਪਾਰਲੀਮੈਂਟ ਦੇ ਵਿੱਚ ਮੈਂ ਇਹਨਾਂ ਨੂੰ ਪੁੱਛਦਾ ਕਿ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਤੁਹਾਡੇ ਵੇਲੇ ਵੀ ਕਰ ਰਿਹਾ ਸੀ, ਹੁਣ ਵੀ ਕਰ ਰਿਹਾ, ਤੁਹਾਡੇ ਕੋਲ ਫੂਡ ਪ੍ਰੋਸੈਸਿੰਗ ਮਿਨਿਸਟਰੀ ਹੈ, ਕਿਹੜਾ ਪ੍ਰੋਜੈਕਟ ਦੇਤਾ ਤੁਸੀਂ ਪੰਜਾਬ ਨੂੰ? ਸੋ ਇਸ ਕਰਕੇ ਇਹ ਇਹਨਾਂ ਦੀ ਘਬਰਾਹਟ ਹੈ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣ ਪਹਿਲਾਂ। ਅਤੇ ਬਾਕੀ ਇਹਨਾਂ ਨੇ ਕਿਹਾ ਕਿ ਭਗਵੰਤ ਮਾਨ ਪਤਾ ਨਹੀਂ ਸਾਡੇ ਖਿਲਾਫ਼ ਲੜ ਕੇ ਵੱਡਾ ਹੋਣਾ ਚਾਹੁੰਦਾ ਹੈ। ਮੈਡਮ, 18 ਸਾਲ ਦੀ ਉਮਰ ਦੇ ਵਿੱਚ ਮੈਨੂੰ ਲੋਕਾਂ ਨੇ ਸੁਪਰ ਸਟਾਰ ਬਣਾਤਾ ਸੀ, ਮੈਂ ਉਸ ਤੋਂ ਵੱਡਾ ਕਦੇ ਨਹੀਂ ਹੋ ਸਕਦਾ। ਬਾਦਲਾਂ ਨਾਲ ਲੜ ਕੇ ਬਲਕਿ ਬਦਨਾਮੀ ਵੀ ਖੱਟੀ ਜਾਂਦੀ ਹੈ ਵੀ ਕਿੱਥੇ ਯਾਰ ਇਹਨਾਂ ਦੇ ਪਿੱਛੇ ਪਏ ਹੋ, ਪਤਾ ਹੀ ਹੈ ਸਾਰਿਆਂ ਨੂੰ ਕਿਹੋ ਜਿਹੇ ਨੇ। ਸੋ ਆਪਣੇ ਪਰਿਵਾਰਾਂ ਨੂੰ ਸੰਭਾਲ ਲਓ, ਸਾਨੂੰ ਵੱਡੇ ਛੋਟੇ ਕਰਨ ਦੇ ਚੱਕਰਾਂ 'ਚ ਨਾ ਪਓ। ਆਪਣੇ ਭਰਾ ਨੂੰ ਕਹੋ ਪੰਜਾਬ ਦੀ ਜਵਾਨੀ ਨੂੰ ਬਖਸ਼ ਦੇ, ਬਸ ਕਰੇ, ਬਹੁਤ ਪੰਜਾਬ ਦਾ ਜਿਹੜਾ ਜਵਾਨੀ ਦਾ ਘਾਣ ਹੋ ਗਿਆ, ਹੁਣ ਕਿਰਪਾ ਕਰਕੇ ਪੰਜਾਬ 'ਤੇ ਰਹਿਮ ਕਰੋ। ਬਹੁਤ ਰੇਤਾ ਲੁੱਟ ਲਿਆ, ਬੱਸਾਂ ਲੁੱਟ ਲਈਆਂ, ਢਾਬੇ ਲੁੱਟ ਲਏ, ਕੇਬਲ TV ਲੁੱਟ ਲਿਆ, ਸਭ ਕੁਝ ਲੁੱਟ ਲਿਆ, ਹੁਣ ਕੁਛ ਨਹੀਂ ਰਹਿ ਗਿਆ। ਹੁਣ ਹੱਡੀਆਂ ਨਾ ਚੁੰਡੋ ਪੰਜਾਬ ਦੀਆਂ, ਬਸ ਥੋੜ੍ਹਾ ਜਿਹਾ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ, ਉਹਦੇ 'ਤੇ ਕਿਰਪਾ ਕਰਕੇ ਸਵਾਲੀਆ ਚਿੰਨ੍ਹ ਨਾ ਲਓ।